ਤਾਂ ਮੋਰਚਾ ਚੰਡੀਗੜ੍ਹ ਦੇ ਗੁਰੂਆਂ ਤੇ ਲੱਗਿਆ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਇਨਸਾਫ ਹੁਣ ਪੰਥਕ ਮੁੱਦਾ ਕੌਮੀ ਇਨਸਾਫ ਮੋਰਚਾ ਲੱਗ ਚੁੱਕਿਆ ਸ਼ਿਰਕਤ ਕਰੋਗੇ ਜਾਂ ਫਿਰ ਕੀ ਲੱਗਦਾ ਸਰਕਾਰ ਵੱਲੋਂ ਬਤੌਰ ਸਪੀਕਰ ਜਾਂ ਸਪੀਕਰ ਤੋਂ ਇਲਾਵਾ ਸਿੱਖ ਦੇ ਹੁਣ ਤੇ ਕਿਵੇਂ ਦਾ ਇਸ 'ਤੇ ਫੈਸਲਾ ਲਿਆ ਜਾਏਗਾ ਇਸ ਇਸ਼ੂ 'ਤੇ ਗੱਲਾਂ ਬਹੁਤ ਹੋ ਗਈਆਂ ਹੁਣ ਐਕਸ਼ਨ ਦੀ ਵੇਟ ਹੈ ਐਕਸ਼ਨ ਦੇਖੋ ਕਦੋਂ ਹੁੰਦਾ ਜਲਦੀ ਹੋਏਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਸ ਵਕਤ ਨਿੱਜੀ ਸਕੂਲ ਦੇ ਵਿੱਚ ਪਹੁੰਚੇ ਨੇ ਪ੍ਰੋਗਰਾਮ ਦੇ ਵਿੱਚ ਤਾਂ ਉਹਨਾਂ ਨੇ ਉੱਥੇ ਪਹੁੰਚ ਕੇ ਸ਼ਿਰਕਤ ਕੀਤੀ ਹੈ ਤਾਂ ਅਨਾਜਾਂ ਬਾਰੇ ਵੱਖ ਵੱਖ ਗੱਲਾਂ ਕਹੀਆਂ ਨੇ ਉੱਥੇ ਜੋ ਕਿ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਲੱਗਿਆ ਆ ਉਸ ਬਾਰੇ ਉਹਨਾਂ ਨੇ ਸਖ਼ਤ ਐਕਸ਼ਨ ਲੈਣ ਦੀ ਗੱਲ ਕਹਿ ਦਿੱਤੀ ਹੈ ਕਿਉਂਕਿ ਲਗਾਤਾਰ ਕਿਹਾ ਹੈ ਹੁਣ ਗੱਲਾਂ ਨਹੀਂ ਸਖ਼ਤ ਐਕਸ਼ਨ ਹੋਣਗੇ ਕੀ ਲੱਗਦਾ ਹੈ ਕਿਉਂਕਿ ਲਗਾਤਾਰ ਕੁਲਤਾਰ ਸਿੰਘ ਸੰਧਵਾ ਅਗਰ ਜੇ ਬਰਗਾੜੀ ਮੋਰਚਾ ਲੱਗਦਾ ਸੀ ਉੱਥੇ ਜਾ ਕੇ ਸ਼ਿਰਕਤ ਕਰਦੇ ਰਹੇ ਸੀ ਕਿਉਂਕਿ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਲਗਾਤਾਰ ਬੇਅਦਬੀ ਇਨਸਾਫ ਮੋਰਚੇ ਦੇ ਵਿੱਚ ਸ਼ਿਰਕਤ ਹੁੰਦੇ ਰਹੇ ਤਾਂ ਲਗਾਤਾਰ ਉਹਨਾਂ ਦੀ ਸ਼ਿਰਕਤ ਵੱਧਦੀ ਰਹੀ ਤਾਂ ਇਸ ਵਾਰ ਜੋ ਕਿ ਇੱਕ ਸਕੂਲ ਦੇ ਵਿੱਚ ਪਹੁੰਚਦੇ ਹੋਏ ਉਹਨਾਂ ਨੇ ਇੱਕ ਸਖ਼ਤ ਫੈਸਲਾ ਲੈਣ ਦਾ ਐਕਸ਼ਨ ਲੈਣ ਦਾ ਗੱਲ ਕਹਿ ਦਿੱਤੀ ਗਈ ਹੈ ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੀ ਲੱਗਦਾ ਹੈ ਸਿੱਖ ਕੌਮ ਇਸ ਦੇ ਨਾਲ ਸੰਤੁਸ਼ਟ ਹੋਏਗੀ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਜਾ ਕੇ ਬਰਗਾੜੀ ਕਿਹਾ ਸੀ ਕਿ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ ਸਰਕਾਰ ਨੂੰ ਕਿ ਕੁਝ ਕੁ ਦਿਨਾਂ ਤੱਕ ਜਿਹੜਾ ਜਿਹੜੇ ਅਸਲ ਦੇ ਵਿੱਚ ਮੁਲਜ਼ਮ ਨੇ ਉਹਨਾਂ ਨੂੰ ਸਾਹਮਣੇ ਸਰਕਾਰ ਲਿਆਵੇਗੀ ਪਰ ਉਹ ਸਮਾਂ ਲੰਘ ਗਿਆ ਸਿੱਖ ਕੌਮ ਨਾਰਾਜ਼ ਹੋਈ ਪਰ ਇਸ ਦੇ ਵਿੱਚ ਹੁਣ ਸਿੱਖ ਕੌਮ ਸਮਾਂ ਦੇਗੀ ਜਾਂ ਨਹੀਂ ਜੋ ਬੇਅਦਬੀ ਇਨਸਾਫ ਮੋਰਚੇ ਲਗਾਤਾਰ ਚੱਲਦੇ ਆ ਰਹੇ ਨੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਲੱਗਿਆ ਹੋਇਆ ਉਸ 'ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੱਡੀ ਗੱਲ ਕਹੀ ਹੈ ਕਿ ਹੁਣ ਗੱਲਾਂ ਨਹੀਂ ਐਕਸ਼ਨ ਹੋਏਗਾ ਕੀ ਕਹਿੰਦੇ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਲਗਾਤਾਰ ਬੇਅਦਬੀ ਇਨਸਾਫ ਮੋਰਚਾ ਤੁਸੀਂ ਵੀ ਸ਼ਿਰਕਤ ਕਰਦੇ ਰਹੇ ਤੁਸੀਂ ਕਹਿ ਕੇ ਵੀ ਆਏ ਸੀ ਤਾਂ ਮੋਰਚਾ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਲੱਗਿਆ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਇਨਸਾਫ ਹੁਣ ਪੰਥਕ ਮੁੱਦਾ ਕੌਮੀ ਇਨਸਾਫ ਮੋਰਚਾ ਲੱਗ ਚੁੱਕਿਆ ਸ਼ਿਰਕਤ ਕਰੋਗੇ ਜਾਂ ਫਿਰ ਕੀ ਲੱਗਦਾ ਸਰਕਾਰ ਵੱਲੋਂ ਬਤੌਰ ਸਪੀਕਰ ਜਾਂ ਸਪੀਕਰ ਤੋਂ ਇਲਾਵਾ ਸਿੱਖ ਦੇ ਹੁਣ ਤੇ ਕਿਵੇਂ ਦਾ ਇਸ 'ਤੇ ਫੈਸਲਾ ਲਿਆ ਜਾਏਗਾ ਦੇਖੋ ਇਸ ਇਸ਼ੂ 'ਤੇ ਗੱਲਾਂ ਬਹੁਤ ਹੋ ਗਈਆਂ ਹੁਣ ਐਕਸ਼ਨ ਦੀ ਵੇਟ ਹੈ ਐਕਸ਼ਨ ਦੇਖੋ ਕਦੋਂ ਹੁੰਦਾ ਜਲਦੀ ਹੋਏਗਾ ਸਰ ਅੱਜ ਤੁਸੀਂ ਸਕੂਲ ਦੇ ਵਿੱਚ ਪਹੁੰਚੇ ਹੋ ਮਿਲਟਸ ਨੂੰ ਲੈ ਕੇ ਖਾਸ ਤੌਰ 'ਤੇ ਇੱਥੇ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਅਨਾਜਾਂ ਨੂੰ ਲੈ ਕੇ ਦੇਖੋ ਮੋਟਾ ਅਨਾਜ ਸਾਡਾ ਮੂਲ ਖੁਰਾਕ ਹੈ ਸਾਡੀ ਮੁੱਢਲੀ ਖੁਰਾਕ ਸਾਡੀ ਨੈਚੁਰਲ ਸਾਡੀ ਕੁਦਰਤੀ ਖੁਰਾਕ ਮੋਟੇ ਅਨਾਜ ਸੀ ਸਾਡੀ ਕੰਗਣੀ ਕੋਧਰਾ ਬਾਜਰਾ ਇਹ ਸਾਡੀ ਖੁਰਾਕ ਸੀ ਅਤੇ ਉਸ ਸਮੇਂ ਸਾਡੀ ਸਿਹਤ ਦੇ ਸਾਡੇ ਵਾਤਾਵਰਨ ਦੇ ਦਾ ਚਰਚੇ ਦੁਨੀਆ ਦੇ ਵਿੱਚ ਹੁੰਦੇ ਸੀ ਪਤਾ ਨਹੀਂ ਕਿਉਂ ਅਸੀਂ ਕਣਕ ਅਤੇ ਝੋਨੇ ਦੇ ਵਿੱਚ ਫਸ ਗਏ ਹਾਂ ਜਿਹੜਾ ਕਿ ਸਾਡਾ ਖਾਣਾ ਹੀ ਨਹੀਂ ਹੈ ਸੋ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਲਾਈਫ ਸਟਾਈਲ ਡਿਜ਼ੀਜ਼ ਕਹਿੰਦੇ ਉਹ ਵੀ ਅਸੀਂ ਲੈਂਦੀਆਂ ਆਪਦੇ 'ਚ ਸੋ ਇਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਸਾਡਾ ਸਸਟੇਨੇਬਲ ਜਿਹੜੀ ਡਿਵੈਲਪਮੈਂਟ ਹੈ ਉਹਨੂੰ ਲੈ ਕੇ ਆਉਣ ਦੇ ਲਈ ਸਾਡੀ ਬਾਇਓਡਾਇਵਰਸਿਟੀ ਨੂੰ ਪ੍ਰੋਟੈਕਟ ਕਰਨ ਦੇ ਲਈ ਸਾਡੀ ਫੂਡ ਸਿਕਿਉਰਿਟੀ ਨੂੰ ਪ੍ਰੋਟੈਕਟ ਕਰਨ ਦੇ ਲਈ ਸਾਡੀ ਫੋਰਡਰ ਸਿਕਿਉਰਿਟੀ ਨੂੰ ਪ੍ਰੋਟੈਕਟ ਕਰਨ ਲਈ ਸਾਡੀ ਇਨਵਾਇਰਮੈਂਟਲ ਸਿਕਿਉਰਿਟੀ ਨੂੰ ਪ੍ਰੋਟੈਕਟ ਕਰਨ ਲਈ ਸਾਨੂੰ ਇਸ ਇਹਨਾਂ ਮੋਟੇ ਅਨਾਜਾਂ 'ਤੇ ਆਉਣਾ ਪਏਗਾ ਸਰ ਇਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਇੱਕ ਆਮ ਬੰਦਾ ਕਿਵੇਂ ਇਸ ਨੂੰ ਖਰੀਦ ਪਾਏਗਾ ਕਿਉਂਕਿ ਅਗਰ ਅਨਾਜ ਦਾ ਰੇਟ ਦੇਖਿਆ ਜਾਵੇ ਅਗਰ ਜੇ ਪਿੰਡ ਦੇ ਵਿੱਚ ਉੱਗ ਰਿਹਾ ਤਾਂ ਸ਼ਹਿਰ ਦੇ ਵਿੱਚ ਪਹੁੰਚ ਰਿਹਾ ਤਾਂ ਰੇਟ ਬਹੁਤ ਜ਼ਿਆਦਾ ਹੈ ਤਾਂ ਇਸ ਨੂੰ ਕਿਵੇਂ ਫਿਰ ਇੱਕ ਬੰਦਾ ਆਮ ਬੰਦਾ ਖਰੀਦ ਸਕੇਗਾ ਦੇਖੋ ਇਹ ਸਾਰਾ ਕੰਮ ਸਰਕਾਰ ਨੇ ਕਰਨਾ ਹੁੰਦਾ ਅਫੋਰਡੇਬਲ ਬਣੇ ਸਹੀ ਉਹਦਾ ਜਿਹੜਾ ਮੁੱਲ ਮਿਲੇ ਅਤੇ ਹੁਣ ਅਸੀਂ ਅਫਰੀਕਾ ਤੋਂ ਇੰਪੋਰਟ ਕਰਦੇ ਦਾਲਾਂ ਮਤਲਬ ਉਸ ਚੀਜ਼ ਨੂੰ ਸਾਨੂੰ ਦੇਖਣਾ ਪਊਗਾ ਨਾ ਸੋ ਇਹ ਇਸੇ ਕਰਕੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਇੰਪੋਰਟੈਂਟ ਨੇ ਸਰ ਬਿਜ਼ੀਨੈਸ ਦੇ ਵੱਲੋਂ ਲਗਾਤਾਰ ਜਿਹੜੇ ਪੰਜਾਬ ਦੇ ਕਾਂਗਰਸ ਲੀਡਰ ਸੀਗੇ ਸਰਕਾਰ ਦੇ ਵਿੱਚ ਉਹਨਾਂ ਦੀ ਜਾਂਚ ਦੇ ਘੇਰੇ ਦੇ ਵਿੱਚ ਲਿਆਂਦਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਜੋ ਜਿਹੜੇ ਪਹਿਲਾਂ ਆਏ ਸੀ ਉਹਨਾਂ ਤੋਂ ਕੁਛ ਮਿਲ ਚੁੱਕਿਆ ਜਾਂ ਇਹ ਠੀਕ ਚੀਜ਼ ਹੈਗੀ ਆ ਕਿ ਜਿਨ੍ਹਾਂ ਨੇ ਕਬਲ ਕੀਤਾ ਉਹਨਾਂ ਨੂੰ ਇਸ ਦੇ ਸਾਹਮਣਾ ਕਰਨਾ ਹੀ ਪਊਗਾ ਇਸ ਲਈ ਦੇਖੋ ਫਿਰ ਮੈਂ ਬਤੌਰ ਸਪੀਕਰ ਕਿਸੇ ਖਾਸ ਡਿਪਾਰਟਮੈਂਟ ਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਲੇਕਿਨ ਜੇ ਕੋਈ ਡਿਪਾਰਟਮੈਂਟ ਆਪਦਾ ਕੰਮ ਕਰ ਰਿਹਾ ਤਾਂ ਫਿਰ ਉਹਨੂੰ ਕੰਮ ਕਰ ਲੈਣਾ ਚਾਹੀਦਾ ਜੇ ਮੈਂ ਇਮਾਨਦਾਰ ਹਾਂ ਫਿਰ ਮੈਨੂੰ ਕੋਈ ਡਰ ਹੀ ਨਹੀਂ ਹੈ ਸੋ ਤੁਸੀਂ ਸੁਣਿਆ ਕਿਸ ਕਦਰ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਗੱਲਾਂ ਨਹੀਂ ਐਕਸ਼ਨ ਕਰੇਗੀ ਕੁਝ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਜ਼ੁਬਾਨੀ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਕਹਿ ਕੇ ਆਏ ਸੀ ਉੱਥੇ ਕਿਉਂਕਿ ਸਿੱਖ ਕੌਮ ਨਾਰਾਜ਼ ਹੋ ਗਈ ਸੀ ਕਿ ਇੱਕ ਮਹੀਨੇ ਦਾ ਸਮਾਂ ਮੰਗ ਕੇ ਤਾਂ ਇਹਨਾਂ ਵੱਲੋਂ ਮੁਨਕਰ ਕੀਤਾ ਗਿਆ ਤਾਂ ਹੁਣ ਬੇਬਾਕ ਦੇ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਹ ਗੱਲ ਕਹੀ ਹੈ ਕਿ ਹੁਣ ਗੱਲਾਂ ਨਹੀਂ ਐਕਸ਼ਨ ਹੋਏਗਾ ਜੋ ਮੋਰਚਾ ਲੱਗ ਰਿਹਾ ਇਨਸਾਫ ਮੋਰਚੇ ਲੱਗ ਰਹੇ ਨੇ ਤਾਂ ਹੁਣ ਸਿੱਖ ਕੌਮ ਜਲਦੀ ਇਨਸਾਫ ਦੇ ਵੱਲ ਜਾਏਗੀ ਦੇਖਣਾ ਹੋਏਗਾ ਇਨਸਾਫ ਮਿਲਦਾ ਹੈ ਜਾਂ ਨਹੀਂ ਵਿਚਾਰ ਸਾਡੇ ਨਾਲ ਜੂ ਸਾਂਝੇ ਕਰਿਓ ਧੰਨਵਾਦ